ਕੋਈ ਜਿੰਨ ਪਰਿੰਨ ਕੀੜੀ ਪਤੰਗਾ ਚੋ ਉਹਦੇ ਨਬੀ ਦੀ ਸ਼ਾਨ ਹੈ ਯਾਰ। ਬਾਬਾ ਜੀ ਇੱਕ ਜਵਾਬ ਦਿਓ ਸਾਡੇ ਸਵਾਲ ਦਾ। ਹਾਂਜੀ ਹਾਂਜੀ, ਲੋਕ ਸਾਨੂੰ ਬੜਾ ਤੰਗ ਕਰਦੇ ਨੇ ਬਈ ਬਾਬਾ ਜੀ ਦਾ ਤੁਸੀਂ ਨੰਬਰ ਨਹੀਂ ਦਿੰਦੇ ਜੀ, ਇਹ ਤੁਸੀਂ ਆਪ ਹੀ ਦੱਸ ਦਿਓ ਵੀ ਇਹ ਨੰਬਰ ਵਾਲਾ ਕੀ ਸੀਨ ਹੈ, ਤੁਹਾਡੇ ਕੋਲ ਮੋਬਾਈਲ ਹੈਗਾ, ਨੰਬਰ ਹੈਗਾ, ਤੁਸੀਂ ਦਿੰਦੇ ਨਹੀਂ? ਮੇਰੇ ਕੋਲ ਹੈਗਾ। ਅੱਛਾ, ਉਹਦੀ ਭਈਆ ਪਤਾ ਕੀ ਹੈ? ਹਾਂਜੀ, ਇੱਕ ਤੇ ਭਾਈ ਜਾਨ ਸੁਣਿਓ ਕਿ ਮੈਂ ਇਹ ਆਪਣੇ ਆਪ ਨੂੰ ਮੈਂ ਇੱਕ ਵੇਖਣਾ ਮੁਸਕੀਨ ਜਿਹਾ ਨੌਕਰੀ ਕਰਨ ਵਾਲਾ, ਕੀ ਆਖਿਆ ਉਹ ਘਰ ਦਾ, ਕੋਈ ਮੈਂ ਵੱਡਾ ਮੁੱਡਾ ਨਹੀਂ ਬਣਨਾ ਚਾਹੁੰਦਾ, ਪਹਿਲੀ ਗੱਲ ਇਹ। ਅਤੇ ਦੂਸਰੀ ਗੱਲ ਇਹ ਜਿਹੜਾ ਨਾ ਉਹ ਕਿਸੇ ਨੇ ਮੈਨੂੰ ਟਿਕਣੀ ਨਹੀਂ ਦੇਣਾ, ਮੈਂ ਕਦੇ ਕਿਹੜੇ ਕੰਮ ਲਗਾਉਣਾ, ਮੈਂ ਆਪ ਹੀ ਕਰਨਾ ਹੁੰਦਾ ਸਾਰਾ, ਬੋਕਰ ਬਾਰੀ ਪਾਂਡਾ ਟੀਂਡਾ ਆਏ ਗਏ ਨੂੰ ਪੁੱਛ ਦੱਸ। ਅਤੇ ਜੇ ਮੈਨੂੰ ਉਹ ਫੋਨ ਕਰਦਾ ਹੋਵੇ ਮੈਂ ਅਗਲਾ ਮੇਰੇ ਪ੍ਰਾਹੁਣੇ ਆਏ ਹੋਣ, ਮੈਂ ਨਾ ਬੰਦੇ ਬੜੇ ਜ਼ਿੱਦ ਕਰਦੇ ਨੇ ਜੇ ਅਸੀਂ ਦੁਆ ਕਰਾਵਨੀ ਬਾਬਾ, ਮੈਂ ਉਹਨਾਂ ਨੂੰ ਕਹਿੰਦਾ ਹੋਣਾ ਤੁਸੀਂ ਦੁਆ ਕਰਾਵਨੀ ਦੱਸ ਦਿਓ, ਤੁਹਾਨੂੰ ਤੁਹਾਡਾ ਸੁਨੇਹਾ ਪਹੁੰਚ ਜਾਏਗਾ ਇਨਸ਼ਾਅੱਲਾ। ਅਸੀਂ ਦੁਆ ਵੈਸੇ ਹੀ ਮੇਰਾ ਮਕਸਦ ਤੁਹਾਡੇ ਕਹਿਣ ਤੋਂ ਬਗੈਰ ਹੀ ਪੁੱਟੇ ਅਸੀਂ ਇਹ ਦੁਆ ਕਰਨੇ ਅੱਲਾ ਦੇ ਅੱਗੇ, ਇਹ ਪਰਵਰਦਗਾਰ ਜਿਹੜੇ ਬੇਅਲਾਦ ਹੈ ਉਹਨਾਂ ਦੇ ਘਰ ਸਾਲੇ ਅਲਾਦ ਅਤਾ ਕਰੀ ਅਤੇ ਇੱਜ਼ਤ ਆਬਰੂ ਵਾਲੀ ਕਰੀ, ਹੈਂ ਯਾ ਅੱਲਾ ਪਾਕ ਜਿਹੜੇ ਕਰਜ਼ਦਾਰ ਹੈ ਉਹਨਾਂ ਦਾ ਵਸੀਲਾ ਬਣ ਜੂ, ਇਹ ਮਾਲਕਾ ਜਿਹੜੇ ਬਿਮਾਰ ਹੈ ਉਹਨਾਂ ਨੂੰ ਸ਼ਫਾ ਅਤਾ ਕਰੀ ਆਪਣੇ ਖਜ਼ਾਨੇ ਦੇ ਵਿੱਚੋਂ ਇਹਨਾਂ ਵਲੀਆਂ ਦਾ ਸਦਕਾ ਕਰਕੇ, ਹੈਂ ਐਲੇ ਬੈਦ ਦਾ ਸਦਕਾ ਕਰਕੇ ਇਹਨਾਂ ਨੂੰ ਸੇਧ ਦੇਈ ਇਹ ਮਾਲਕਾ, ਹੈਂ ਅਤੇ ਜਿਹੜੇ ਕਿਸੇ ਮਜ਼ਬੂਰੀ ਦੇ ਅੰਦਰ ਉਹਨਾਂ ਦੀਆਂ ਮਜ਼ਬੂਰੀਆਂ ਹੈ ਲੱਗੇ ਮਾਲਕਾ, ਹੈਂ ਪਰੇਸ਼ਾਨੀਆਂ ਦੂਰ ਕਰੀ, ਦਵਾਈ ਹੁੰਦੀ ਆ ਬੇਟਾ ਸਾਡੀ। ਅੱਛਾ ਬਾਬਾ ਜੀ, ਪੂਰੀ ਦੁਨੀਆਂ ਤੋਂ ਮੈਸੇਜ ਆਉਂਦੇ ਨੇ, ਚੜ੍ਹਦੇ ਪੰਜਾਬ ਸਾਡੇ ਇੰਡੀਆ ਦੇ ਵਿੱਚੋਂ ਵੀ, ਭਾਰਤ 'ਚੋਂ, ਪਾਕਿਸਤਾਨ 'ਚੋਂ ਵੀ, ਦੂਸਰੇ ਮੁਲਕਾਂ 'ਚੋਂ ਵੀ, ਅਤੇ ਮੈਂ ਲੋਕ ਪੁੱਛਦੇ ਨੇ ਜੀ ਬਾਬਾ ਜੀ ਦੀ ਆਵਾਜ਼ ਦੇ ਵਿੱਚ ਦਰਦ ਬੜਾ ਹੈ, ਅਤੇ ਇਹ ਇੰਨਾ ਦਰਦ ਕਿੱਥੋਂ ਆਇਆ ਬਾਬਾ? ਮੈਂ ਕਿਹਾ ਜੀ ਬਾਬਾ ਜੀ ਕੋਲੋਂ ਪੁੱਛਾਂਗੇ, ਅਸੀਂ ਤਾਂ ਤੁਹਾਨੂੰ ਦੱਸ ਨਹੀਂ ਸਕਦੇ। ਪਹਿਲੀ ਤਾਂ ਗੱਲ ਇਹ ਆ ਕਿ ਇਹ ਦਰਦ ਮੇਰੇ ਮਾਲਕ ਦਾ ਕਿਸੇ ਦਾ ਨਹੀਂ, ਕੀ ਖਿਆਲ ਹੈ? ਸਹੀ, ਜਿਹਨੂੰ ਚਾਹੇ ਉਹ ਅਤਾ ਕਰ ਦੇਵੇ, ਹੈਂ ਬੋਲਣ ਦਾ ਵਾਲ ਦੱਸ ਦੇਵੇ, ਕੀ ਖਿਆਲ ਹੈ? ਬੋਲਣ ਦਾ ਵਾਲ ਦੱਸ ਦੇਵੇ, ਉਹਨੂੰ ਬਹਿਣ ਦਾ ਵਾਲ ਦੱਸ ਦੇਵੇ। ਅਸੀਂ ਵੀ ਯਾਰ ਪਹਿਲੇ ਐਵੇਂ ਹੀ ਹੁੰਦੇ ਸੀ ਮੁੰਡਿਆਂ ਦੇ ਵਿੱਚ, ਜਿਵੇਂ ਵੀ ਉਹਦੇ ਪੱਤੇ ਵੱਢ ਲਾ ਉਹਦੇ ਐਂ ਕਰ ਲਾ, ਅਤੇ ਉਹ ਇਹ ਰੰਗ ਰੰਗ ਦੀ ਦੁਨੀਆ ਹੁੰਦੀ ਹੈ ਜੇ ਕੋਈ ਹੁਣ ਬੰਦਾ ਕਮੈਂਟ, ਕੋਈ ਕਹਿੰਦਾ ਜੀ ਇਹ ਬਾਬਾ ਜੀ ਜਿੰਨਾ ਦਰਦ ਨਾਲ ਬੋਲਦੇ ਨੇ ਇਹਨਾਂ ਨੂੰ ਜੇ ਕੋਈ ਇਸ਼ਕ ਦੀ ਸੱਟ ਲੱਗੀ ਹੈ। ਦੇਖੋ ਅਸੀਂ ਫਕੀਰਾਂ ਦੇ ਬਾਲ ਸਦਾਉਂਦੇ ਹਾਂ, ਦਰਵੇਸ਼ਾਂ ਦੇ ਬਾਲ ਸਦਾਉਂਦੇ ਹਾਂ, ਅਗਰ ਤੁਸੀਂ ਵੇਖ ਲਓਗੇ ਜਿੱਥੇ ਸਾਡੀ ਉਮਰ ਚਲੇ ਗਈ ਆ, ਅਸੀਂ ਪਿੱਛੇ ਵੀ ਰਹਿ ਕੇ ਆਏ ਹਾਂ, ਇੱਥੇ ਵੀ ਅਸੀਂ ਨਹੀਂ ਰਹਿ ਕੇ ਆਏ। ਨਹੀਂ ਯਾਰ ਐਸਾ ਇਹ ਸਾਡੇ ਦੌਰ 'ਚ ਇਹ ਗੱਲਾਂ ਨਹੀਂ ਸਣੀਆਂ ਇਹੋ ਜਿਹੀਆਂ, ਕਿ ਕੱਠੀਆਂ ਉਹ ਕਢਮਾਸ ਘੋੜੀ ਵੀ ਕੁੜੀਆਂ ਨਾਲ ਜਵਾਨਾਂ 18-18 ਸਾਲਾਂ ਦੀਆਂ ਖੇਡੀਆਂ ਹੰਡੀਆਂ ਯਾਰ, ਇਹੋ ਜਿਹੀਆਂ ਗੱਲਾਂ। ਵਾਲੇ ਸਲਾਮ ਭਾਈ ਸਾਹਿਬ ਯਾਰ, ਆ ਜਿਹੜੀਆਂ ਤੁਸੀਂ ਹੁਣ ਗੱਲਾਂ ਕਰ ਲਈਆਂ ਨਾ, ਅਤੇ ਉਦੋਂ ਨਹੀਂ ਵੀ ਰਹੇਗੀ ਇਹੋ ਜਿਹੀਆਂ ਗੱਲਾਂ। ਸਹੀ ਹੈ, ਆਹ ਇਹ ਤਾਂ ਹੁਣ ਆਣ ਕੇ ਨਾ ਇਸ਼ਕ ਬਰਾਂਡੀ ਆ ਗਿਆ, ਹੁਣ ਸਾਰਾ ਕੁਝ ਤੇ ਅਸੀਂ ਚਾਹੁੰਦੇ ਹਾਂ ਵੀ ਹੁਣ ਤਾਂ ਦੁਨੀਆ ਹੀ ਕਰਕੇ ਜਾਣਦੇ, ਫਿਰ ਆ ਵੀ ਆ ਗਏ, ਕੋਈ ਇੱਜ਼ਤ ਆਪਣੀ ਤਾਂ ਨਹੀਂ ਰਹਿ ਗਈ। ਉਹ ਸਈਦ ਪਾਕ ਤੈਨੂੰ ਪਤਾ ਅਲੱਗ ਮਾਰਫਾ ਦੇ ਕਲਾਮ ਦੇ ਵਿੱਚ ਇੱਕ ਉਹ ਸਿੱਧੀ ਗੱਲ ਕਿੱਦਾਂ ਹੀਰ ਨੂੰ ਕਹਿ ਕੇ ਤਾਂ ਪੂਰੀ ਕਾਇਨਾਤ ਨੂੰ ਸਮਝਾਉਂਦੇ ਆ, ਹੈਂ ਉਹ ਹੀਰ ਦੀ ਮਾਂ ਹੀਰ ਨੂੰ ਸਮਝਾਉਂਦੀ ਪਈ ਆ, ਉਹ ਇਸ ਤਰੀਕੇ ਨਾਲ ਸਮਝਾਉਂਦੀ ਹੈ ਕਿ ਹੀਰ ਉਹ ਜਵਾਨ ਹੋ ਗਈ 16 ਸਾਲਾਂ ਦੀ, ਉਹਨੇ ਜਿੱਥੇ ਕੰਧ ਉੱਤੋਂ ਨਹੀਂ ਵੇਖਿਆ ਨਾ ਕਿ ਬੰਦਾ ਮੁੰਡਾ ਆਉਂਦਾ ਜਾਂਦਾ, ਅਤੇ ਹੀਰ ਦੀ ਮਾਂ ਨੂੰ ਵੀ ਪਤਾ ਲੱਗ ਗਿਆ। ਜੇ ਹੀਰ ਦੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਹੁਣ ਲਵੀ ਮੇਰੀ ਧੀ ਜਵਾਨ ਹੋ ਗਈ ਆ, ਅਤੇ ਇਹ ਅਟਕਾਂ, ਅਤੇ ਉਹ ਹੁਣ ਧੀ ਨੂੰ ਸਮਝਾਉਂਦੀਆਂ
ਉਹਦੀ ਮਾਤਾ ਨਾ ਹੀਰ ਦੀ ਮਾਤਾ ਨਾ ਮਲਕੀ। ਹੁਣ ਮਲਕੀ ਸਮਝਾਉਂਦੀ ਮਲਕੀ ਹੀਰ ਨੂੰ ਆਖਦੀ ਨੀ ਸਮਝ ਕੁੜੀਏ ਗੱਲਾਂ ਕਰਨੀ ਏ ਤੂੰ ਜ਼ੋਰ ਲਗਾਣੀਆਂ ਨੇ। ਮਲਕੀ ਹੀਰ ਨੂੰ ਆਖਦੀ ਨੀ ਸਮਝ ਕੁੜੀਏ ਨੀ ਗੱਲਾਂ ਕਰਨੀ ਏ ਜ਼ੋਰ ਲਗਾਣੀਆਂ ਨੀ ਨੀ ਕਰਨ ਮਾਪਿਆਂ ਨਾਲ ਜਵਾਬ ਸਾਵੇ ਧੀਆਂ ਉਹ ਨਾ ਹੋਣ ਸਿਆਣੀਆਂ ਨੀ ਨੀ ਸਾਊ ਜ਼ਾਦੀਆਂ ਦਾ ਚਾਲਾ ਪਕੜਤੀ ਹੈ ਸਾਊਆਂ ਵਾਲਾ ਨੀ ਸਾਊ ਜ਼ਾਦੀਆਂ ਦਾ ਚਾਲਾ ਨੀ ਪਕੜਤੀ ਇਹ ਨੀ ਤੋਬਾ ਕਰਨ ਤੇਥੋਂ ਕੰਮਣ ਆਣੀਆਂ ਨੀ ਤੇਰੀਆਂ ਨੌਕਰਾਂ ਨੇ ਜਿਹੜੀਆਂ ਤੇਰੀਆਂ ਨੌਕਰਾਣੀਆਂ ਨੇ ਤੇਰੀਆਂ ਆਦਤਾਂ ਵੇਖ ਕੇ ਤੋਬਾ ਤੋਬਾ ਕਰਦੀਆਂ ਹੈ ਨੀ ਤੋਬਾ ਕਰਨ ਤੇਥੋਂ ਕੰਮਣ ਆਣੀਆਂ ਨੀ ਨੀ ਹੀਰੇ ਸਮਝ ਨਾ ਹੋ ਨਦਾਨ ਬੱਚੀ ਲੱਜਾਂ ਸਾੜੀਆਂ ਰੱਖ ਵਿਖਾਣੀਆਂ ਨੀ। ਇਹ ਸ਼ਰਾ ਨਬੀ ਰਸੂਲ ਦਾ ਤੂੰ ਵੇਖ ਮਸਲਾ ਸ਼ਰਾ ਨਬੀ ਰਸੂਲ ਦਾ ਤੂੰ ਵੇਖ ਮਸਲਾ ਨੀ ਅੱਗਾਂ ਦੋਟਕਾਂ ਵਿੱਚ ਚਲਕਾਣੀਆਂ ਹੀ ਨੀ ਭਾਵੇਂ ਆਕਾਂ ਪਾ ਲਓ ਹੈ ਆਕਾਂ ਦੋਟਕਾਂ ਵਿੱਚ ਚਲਕਾਣੀਆਂ ਨੀ ਨੀ ਕਰੇ ਨਿਤ ਮਤਾਲਿਆ ਇਲਮ ਦਾ ਤੂੰ ਗੱਲਾਂ ਜਾਲਾਂ ਨੂੰ ਸਮਝਾਣੀਆਂ ਨੀ ਤੇਰੇ ਤੌਰ ਵਿੱਚੋਂ ਇਹੋ ਹੀ ਦਿਸਦਾ ਹੈ ਨੀ ਤੇਰੇ ਤੌਰ ਵਿੱਚੋਂ ਇਹੋ ਹੀ ਦਿਸਦਾ ਹੈ ਨੀ ਲੀਕਾਂ ਝੰਗ ਸਿਆਲਾਂ ਨੂੰ ਲਾਣੀਆਂ ਨੀ ਤੇ ਨੀ ਮੱਤੀ ਦਿੱਤਿਆਂ ਬਾਜ ਨਹੀਂ ਆਉਂਦੀਆਂ ਵਾਰਸਾ ਜਿਹੜੀਆਂ ਰਾਣੀਆਂ ਨੀਆਂ ਮੱਤ ਦੇਣੀ ਪੈਂਦੀ ਆ। ਇਹ ਬਾਬਾ ਜੀ ਨੇ ਉਹ ਵੇਖੋ ਕਿੰਨਾ ਕਿੰਨੇ ਪੰਧ ਦੇ ਵਿੱਚ ਕੀ ਕੁਛ ਬਣਿਆ ਪਹਿਲੋ ਰੱਬ ਨੂੰ ਯਾਰ ਦਾ ਸ਼ੌਕ ਹੋਇਆ ਨੀ ਪਹਿਲੋ ਰੱਬ ਨੂੰ ਯਾਰ ਦਾ ਸ਼ੌਕ ਹੋਇਆ ਨੀ ਨਬੀ ਪਾਕ ਦਾ ਕਰਨ ਜਮਾਲ ਮਾਏ ਨੀ ਆਇਆ ਬਈ ਲੈ ਕੇ ਨੀ ਆਇਆ ਵਈ ਲੈ ਕੇ ਹੋਇਆ ਤੁਰਤ ਹਾਜ਼ਰ ਲਿਆ ਯਾਰ ਨੂੰ ਯਾਰ ਨੇ ਭਾਲ ਮਾਏ ਸੁਭਾਨ ਅੱਲਾ ਨੀ ਆਮੋ ਸਾਹਮਣਾ ਰੱਜ ਕੇ ਵੇਖਿਓ ਨੀ ਮਹਾਰਾਜ ਦੀ ਰਾਤ ਨੀ ਆਮੋ ਸਾਹਮਣਾ ਰੱਜ ਕੇ ਵੇਖਿਓ ਨੇ ਨੀ ਗੱਲਾਂ ਕੀਤੀਆਂ ਫਰਕ ਨਾ ਵਾਲ ਮਾਏ ਨੀ ਹੋਰ ਦਿਲਾਂ ਦੀਆਂ ਲਈਆਂ ਤੇ ਦਿੱਤੀਆਂ ਨੇ ਜ਼ਾਤ ਇੱਕ ਹੋਈ ਜ਼ਾਤ ਨਾਲ ਸੁਭਾਨ ਅੱਲਾ ਸੁਭਾਨ ਅੱਲਾ ਨੀ ਤੇਰੇ ਤਹਤ ਹਜ਼ਾਰਿਓ ਟੋਰ ਰਾਜਾ ਕਿਆ ਬਾਤ ਨੀ ਤੇਰੇ ਤਹਤ ਹਜ਼ਾਰਿਓ ਟੋਰ ਰਾਜਾ ਨੀ ਰੱਬ ਮੇਲਿਆ ਹੀ ਝੰਗ ਸਿਆਲ ਮਾਏ ਨੀ ਪੰਜਾਂ ਪੀਰਾਂ ਨੇ ਦਿੱਤਾ ਹੀ ਰਾਂਝਾ ਰੱਬ ਕੋਲੋਂ ਝੋਲੀ ਪਾਇਆ ਖੁਸ਼ੀ ਨਾਲ ਮਾਏ ਇਹ ਸਦਾ ਯਾਰ ਦਾ ਇਹ ਸਦਾ ਯਾਰ ਦਾ ਖਾਸ ਮਹਾਰਾਜ ਮੇਰਾ ਨੀ ਵੇਲੇ ਵਿੱਚ ਹੁੰਦਾ ਹੀ ਚਾਕ ਨਾਲ ਮਾਏ ਨੀ ਵੇਲੇ ਜਾਣ ਤੋਂ ਮੂੜਾਂ ਮੂੜਾਂ ਦੀ ਮੈਂ ਤੋੜੇ ਖੂਹ ਅੰਦਰ ਘੱਟ ਗਾਲ ਮਾਏ ਹਜ ਕਾਬੇ ਦਾ ਕਰਨ ਨੂੰ ਜਾਣੀਆਂ ਮੈਂ ਹਜ ਕਾਬੇ ਦਾ ਕਰਨ ਨੂੰ ਜਾਣੀਆਂ ਮੈਂ ਮੇਰੇ ਮੁੜਨ ਦੀ ਨਹੀਂ ਉਹ ਮਜਾਲ ਮਾਏ ਰੱਬ ਆਦਨਾ ਕਦੋਂ ਹੁਕਮ ਕੀਤਾ ਸੀ ਜਦੋਂ ਹੋਇਆ ਸੀ ਸ਼ੌਕ ਕਮਾਲ ਮਾਏ ਜਦੋਂ ਰੱਬ ਨੂੰ ਐਂ ਕਰਕੇ ਸ਼ੌਕ ਚੜਿਆ ਨਾ ਉਦੋਂ ਆਖਿਆ ਰੱਬ ਆਦਨਾ ਕਦੋਂ ਹੁਕਮ ਕੀਤਾ ਸੀ ਨੀ ਜਦੋਂ ਹੋਇਆ ਸੀ ਸ਼ੌਕ ਕਮਾਲ ਮਾਏ ਤੇ ਮੇਰੇ ਯਾਰ ਦਾ ਨਾਮ ਰਾਜ ਹੋਇਆ
ਮੇਲ ਯਾਰ ਦਾ ਨਾ ਮਰਾਜ ਹੋਇਆ, ਨੀ ਖੋਲ ਵੇਖ ਕਰਾਂ ਦੀ ਫਾਲ ਮਾਏ, ਨੀ ਰਾਂਝੇ ਹੀਰ ਦੇ ਵਿੱਚ ਨਾ ਵੇਖ ਕੋਈ ਇਸ ਗੱਲ ਨੂੰ ਸੋਚ ਸੰਭਾਲ ਮਾਏ। ਰੁਖ ਯਾਰ ਦਾ, ਰੁਖ ਯਾਰ ਦਾ ਐਤ ਤਤਹੀਰ ਦਿਸਦਾ, ਰੁਖ ਯਾਰ ਦਾ ਐਤ ਤਤਹੀਰ ਦਿਸਦਾ, ਨੀ ਕਰਾਂ ਦੀਦ ਤੇ ਹੋਵਾਂ ਨਿਹਾਲ ਮਾਏ, ਨੀ ਰੱਬ ਜ਼ੌਕ ਤੇ ਸ਼ੌਕ ਦੀ ਚਾਹ ਦੇਵੇ, ਲੈਣ ਗਮਾਂ ਦੇ ਗਲੋਂ ਜੰਜਾਲ ਮਾਏ। ਸੁਭਾਨ ਅੱਲਾ, ਸੁਭਾਨ ਅੱਲਾ। ਪਿੱਛੇ ਚਾਗਦੇ ਮੈਂ ਮਰਨਾ ਕਬੂਲ ਕਰ ਸਾਂ, ਪਿੱਛੇ ਚਾਗਦੇ ਮਰਨਾ ਕਬੂਲ ਕਰ ਸਾਂ, ਕਰਾਂ ਹੋਰ ਨਾ ਗੈਰ ਖਿਆਲ ਮਾਏ, ਤਾਹੀਓਂ ਵਾਸਾ ਜਾਗ ਤੇ ਸਦੀਵਾਂ ਕੀ ਮੈਂ ਰਾਂਝੇ ਯਾਰ ਦੀ ਹੀ ਹੈ। ਤਾਈਓ ਵਾਰਸਾ ਜਗ ਤੇ ਸਦੀਵਾਂ ਜੀ ਮੈਂ ਰਾਂਝੇ ਯਾਰ ਦੀ ਹੀ ਸਿਆਲ ਮਾਏ। ਹਾਏ ਦਰਦੇ ਲਾਲ ਹਰ ਦਮ ਨਾਲ।